ਮੈਂ ਤੇ ਮੇਰੇ ਸਰ ਪ੍ਰਿੰਸੀਪਲ ਸਾਹਿਬ ਮੈਂ ਬੱਚਾ ਕੇਸੀਪੀਐਸ ਦਾ ਬੋਲਦਾ ਸਕੂਲ ਛੇਤੀ ਖੋਲ ਦਿਓ ਨਹੀਂ ਤੇ ਮੈਂ ਨਹੀਂ ਜੇ ਬੋਲਦਾ ਕੋਈ ਕੁਝ ਦੱਸਦਾ ਨਹੀਂ ਤੁਹਾਨੂੰ ਫੋਨ ਲਾਇਆ ਜੇ ਤੁਹਾਡਾ ਨੰਬਰ ਬੜੀ ਮੁਸ਼ਕਲ ਹੱਥ ਵਿੱਚ ਆਇਆ ਜੇ ਕੀ ਗਿਆ ਹੋ ਇਹ ਕੀ ਪੈ ਗਈਆਂ ਤੰਗੀਆਂ ਸਿਰ ਸਾਡੇ ਖਿਲਰੇ ਤੇ ਉਹ ਪਈਆਂ ਕੰਗੀਆਂ ਸਕੂਲ ਕਿਉਂ ਬੰਦ ਕੀਤੇ ਗੱਲਾਂ ਨਹੀਂ ਜੇ ਚੰਗੀਆਂ ਸਾਰੇ ਇਸ ਤਰ੍ਹਾਂ ਦੀਆਂ ਛੁੱਟੀਆਂ ਤੇ ਅਸੀਂ ਕਦੇ ਵੀ ਨਹੀਂ ਸੀ ਮੰਗੀਆਂ ਹੁਣ ਘਰ ਰਹਿ ਰਹਿ ਕੇ ਦਿਲ ਪਿਆ ਡੋਲਦਾ ਸਕੂਲ ਛੇਤੀ ਖੋਲ ਦਿਓ ਨਹੀਂ ਤੇ ਮੈਂ ਨੀਚੇ ਬੋਲਦਾ ਯੂਨੀਫਾਰਮ ਲਮਾਰੀ ਵਿੱਚੋਂ ਛਾਤੀਆਂ ਪਈ ਮਾਰ ਰਹੀ ਸਕੂਲ ਵਾਲੀ ਵੈਣ ਕਿਉਂ ਨਹੀਂ ਬੂਹੇ ਅੱਗੇ ਆ ਰਹੀ ਗਲੀ ਵਿੱਚੋਂ ਕਿਉਂ ਨਹੀਂ ਭయ్యా ਟਿੱਕੀ ਵਾਲਾ ਲੰਘਦਾ ਸਾਰੇ ਪਿੱਛੇ ਹਟ ਜਾਂਦੇ ਜਦੋਂ ਕੋਈ ਖੰਗਦਾ 마ਸਕ ਕਿਉਂ ਇੰਨਾ ਸਾਡੇ ਮੂੰਹ ਉੱਤੇ ਪਾਏ ਨੇ ਸੈਨੀਟਾਈਜ਼ਰ ਸਾਬਣ ਨਾਲ ਹੱਥ ਵੀ ਧਵਾਏ ਨੇ ਕਦੋਂ ਅਸੀਂ ਸਾਰੇ ਜਾਣੇ ਇਕੱਠੇ ਹੋ ਕੇ ਮਿਲਾਂਗੇ ਸਕੂਲ ਦੀਆਂ ਕਿਆਰੀਆਂ 'ਚ ਫੁੱਲਾਂ ਵਾਂਗੂ ਖਿਲਾਗੇ ਦਿਲ ਲਾ ਕੇ ਪੜਦੇ ਸਾਂ ਸਾਡਾ ਕੀ ਕਸੂਰ ਐ ਅਸੀਂ ਨਹੀਂ ਜੇ ਰਹਿਣਾ ਆਪਣੇ ਟੀਚਰਾਂ ਤੋਂ ਦੂਰ ਐ ਇਨਾ ਮੇਰੀਆਂ ਗੱਲਾਂ ਦਾ ਜਵਾਬ ਮੈਨੂੰ ਛੱਟ ਦਿਓ ਫਿਰ ਸਰ ਚਾਹੇ ਮੇਰਾ ਫੋਨ ਤੁਸੀਂ ਕੱਟ ਦਿਓ ਕਿੰਨੀ ਕੁ ਧੀਰ ਰਹਿਣਾ ਪਤਾ ਦੱਸ ਦਿਓ ਮਾਹੌਲ ਦਾ ਸਕੂਲ ਛੇਤੀ ਖੋਲ ਦਿਓ ਨਹੀਂ ਤੇ ਮੈਂ 니ਜੇ ਬੋਲਦਾ ਸਕੂਲ ਛੇਤੀ ਖੋਲ ਦਿਓ ਨਹੀਂ ਤੇ ਮੈਂ 니ਜੇ ਬੋਲਦਾ ਤੁਹਾਡਾ ਆਪਣਾ ਪਵਨਦੀਪ ਸੰਗੀਤ ਵਿਭਾਗ ਕੇਸੀਪੀਐਸ